ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਪੰਜਾਬ ਨਿਊਜ਼ ਅਪਡੇਟ ਤੇ ਸੂਬੇ ਪੰਜਾਬ ਦੀਆਂ ਦੇਸ਼ ਵਿਦੇਸ਼ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਨ ਪ੍ਰਾਈਮ ਟਾਈਮ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਦੇਸ਼ ਵਿਦੇਸ਼ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸ਼ੁਰੂਆਤ ਕਰਦੇ ਆ ਹਿਮਾਚਲ ਤੋਂ ਜਿੱਥੇ ਹਿਮਾਚਲ ਦੇ ਮੁੱਖ ਮੰਤਰੀ ਨੇ ਐਨ ਆਰ ਆਈ ਜੋੜੇ ਤੇ ਹੋਏ ਹਮਲੇ ਦੀ ਕੀਤੀ ਨਿੰਦਿਆ ਪੁਲਿਸ ਨੇ ਸਪਸ਼ਟੀਕਰਨ ਜਾਰੀ ਕਰਕੇ ਪੰਜਾਬੀਆਂ ਨੂੰ ਹੀ ਗਲਤ ਦੱਸਿਆ ਕਿ ਹਾਂ ਹਿਮਾਚਲ ਸਰਕਾਰ ਦੋ ਉੱਚੀਆਂ ਦੇ ਵਿਰੁੱਧ ਕਾਰਵਾਈ ਯਕੀਨੀ ਬਣਾਵੇਗੀ हिमाचल प्रदेश ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਸੂਬੇ ਦੇ ਚੰਬਾ ਜ਼ਿਲ੍ਹੇ ਚ ਇੱਕ ਪ੍ਰਵਾਸੀ ਭਾਰਤੀ ਜੋੜੇ ਤੇ ਹੋਏ ਕਥਿਤ ਹਮਲੇ ਦੀ ਨਿੰਦਿਆ ਕੀਤੀ ਅਤੇ ਮਾਮਲੇ ਦੀ ਵਿਸਥਾਰਤ ਜਾਂਚ ਦੇ ਹੁਕਮ ਦਿੱਤੇ ਚੰਬਾ ਜ਼ਿਲ੍ਹੇ ਦੇ ਡਲ ਹੌਜੀ ਕਸਬੇ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਉਸ ਦੀ ਕੋਟਮਾਰ ਕਰਨ ਦੇ ਦੋਸ਼ ਚ ਪੰਜਾਬ ਮੂਲ ਦੇ ਪ੍ਰਵਾਸੀ ਭਾਰਤੀ ਯਾਨੀ ਕਿ ਐਨ ਆਰ ਆਈ ਤੇ ਕਥਿਤ ਹਮਲੇ ਸੰਬੰਧੀ ਪੰਜਾਬ ਪੁਲਿਸ ਨੇ ਐਤਵਾਰ ਨੂੰ ਜ਼ੀਰੋ ਐਫ ਆਈ ਆਰ ਦਰਜ ਕੀਤੀ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਦੇ ਇੱਕ ਬਿਆਨ ਵਿੱਚ ਕਿਹਾ ਕਿ ਸੁਖੂ ਨੇ ਇਸ ਘਟਨਾ ਦੀ ਨਿੰਦਾ ਕੀਤੀ ਵਿਸਥਾਰਤ ਜਾਂਚ ਕਰਨ ਦੇ ਹੁਕਮ ਦਿੱਤੇ ਤੇ ਹਮਲਾਵਾਰਾਂ ਨੂੰ ਸਖਤ ਕਾਰਵਾਈ ਦਾ ਸਾਹਮਣਾ ਕਰਨ ਦੇ ਵੀ ਹੁਕਮ ਦਿੱਤੇ ਅਮਰਤਸਰ ਦੇ ਇੱਕ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਕਮਲਜੀਤ ਨੇ ਦਾਵਾ ਕੀਤਾ ਕਿ 11 ਜੂਨ ਦੇ ਹਮਲੇ ਦੌਰਾਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਪੰਜਾਬੀ ਸੀ। ਸਪੇਨ ਦਾ ਨਾਗਰਿਕ ਹੈ ਤੇ ਉਸਦੀ ਪਤਨੀ ਵੀ ਸਪੇਨ ਦੀ ਨਾਗਰਿਕ ਹੈ ਜੋ 25 ਸਾਲਾਂ ਤੋਂ ਸਪੇਨ ਵਿੱਚ ਰਹਿ ਰਹੇ ਹਨ ਹਾਲੀ ਦੇ ਵਿੱਚ ਪੰਜਾਬ ਪਰਤੇ ਹਨ। ਸਰਕਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਪੁਲਿਸ ਅਮਰਤਸਰ ਥਾਣੇ ਤੋਂ ਵੇਰਵਾ ਤੇ ਸੰਚਾਰ ਦੀ ਉਡੀਕ ਕਰ ਰਹੀ ਹੈ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸਰਕਾਰੀ ਬਿਆਨ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਲੋਕ ਆਪਣੀ ਸਾਦਗੀ ਤੇ ਚੰਗੇ ਵਿਵਹਾਰ ਲਈ ਜਾਣੇ ਜਾਂਦੇ ਨੇ ਰਾਜ ਆਪਣੀ ਕੁਦਰਤੀ ਸੁੰਦਰਤਾ, ਮੀਰ ਸੱਭਿਆਚਾਰ ਅਤੇ ਸਾਸੀ ਧਾਰਮਿਕ ਸਥਾਨਾਂ ਲਈ ਵਿਸ਼ਵ ਪੱਧਰ ਦੇ ਵਿੱਚ ਪ੍ਰਸਿੱਧ ਹੈ ਲੋਕ ਸੈਲਾਨੀਆਂ ਨੂੰ ਆਤਿਥੀ ਦੇਵ ਉਪੱਵ ਵੀ ਮੰਨਦੇ ਨੇ ਇਹ ਇਕੱਲੀ ਰਾ ਘਟਨਾ ਰਾਜ ਨੂੰ ਚੰਗੀ ਤਰ੍ਹਾਂ ਨਹੀਂ ਦਰਸਾਉਂਦੀ ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਮੰਗਾਈ ਨੂੰ ਕਾਬੂ ਕਰਨਾ ਹੋ ਰਿਹਾ ਔਖਾ ਸਬਜ਼ੀਆਂ ਤੋਂ ਬਾਅਦ ਕਣਕ ਦੇ ਭਾਅ ਵੀ ਵਦੇ ਖੰਡ ਦੇ ਵਿੱਚ ਤੇਜ਼ੀ ਦੀਆਂ ਕੰਸੂਆਂ ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਖਾਣ ਪੀਣ ਦੀਆਂ ਵਸਤੂਆਂ ਦੀ ਪਰਚੂਣ ਮੰਗਾਈ ਦਰ ਕਾਬੂ ਹੋਠਾ ਨਹੀਂ ਆ ਰਹੀ ਦਾਲਾ ਪਿਆਜ਼ ਕਣਕ ਆਲੂ ਵਰਗੀਆਂ ਪ੍ਰਮੁੱਖ ਵਸਤਾਂ ਦੀਆਂ ਕੀਮਤਾਂ ਇਸ ਵਿੱਚ ਮੋਕਾ ਭੂਮਿਕਾਵਾਂ ਨਿਭਾਰੀਆਂ ਹਨ ਪਿਛਲੀ ਮਈ ਚ ਪਰਚੂਨ ਮੰਗਾਈ ਦਾ 4.75% ਦਰਜ ਕੀਤੀ ਸੀ ਪਰ ਖੁਰਾਕੀ ਵਸਤੂਆਂ ਦੀ ਪਰਚੂਨ ਮੰਗਾਈ ਦਾ 8.70% ਹੈ ਖੁਰਾਕੀ ਵਸਤੂਆਂ ਪਰਚੂਨ ਮੰਗਾਈ ਦਰ ਦੀ ਸਾਲ April ਦੇ ਵਿੱਚ 8.70% ਤੇ March ਚ 8.52% ਸੀ ਮੰਗਾਈ ਤੋਂ ਕੋਈ ਰਾਹਤ ਨਹੀਂ ਜੂਨ ਦੇ ਵਿੱਚ ਵੀ ਖਾਣ-ਪੀਣ ਦੀਆਂ ਵਸਤੂਆਂ ਦੀ ਕੀਮਤ ਵਿੱਚ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਆਰਹਰ ਅਤੇ ਆਰਹਰ ਦੀ ਦਾਲ ਦੀ ਪਰਚੂਨ ਕੀਮਤ ਬਾਜ਼ਾਰ ਚੋਂ 200 ਰੁਪਏ ਪ੍ਰਤੀ ਕਿਲੋਗ੍ਰam ਨੂੰ ਪਾਰ ਕਰ ਗਿਆ ਬਰਾਮਤ ਤੇ پابੰਦੀ ਹਟਾਏ ਜਾਣ ਤੋਂ ਬਾਅਦ ਪਿਆਜ਼ ਦੀ ਪਰਚੂਨ ਕੀਮਤ 60 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਤੇ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2275 ਰੁਪਏ ਪ੍ਰਤੀ ਕੁਆਂਟਲ ਪਰ ਖੁੱਲੀ ਮੰਡੀ ਦੇ ਵਿੱਚ 2600 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਰੀ ਹੈ ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਲਾਡੋਵਾਲ ਟੋਲ ਪਲਾਜ਼ਾ ਤੋਂ ਮਿਲੇ ਹਥਿਆਰਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ ਲਾਡੋਵਾਲ ਟੋਲ ਪਲਾਜ਼ਾ ਤੇ ਕਿਸਾਨ ਜਥੇਬੰਦੀਆਂ ਵੱਲੋਂ ਚੱਲ ਰਹੇ ਤਰਨੇ ਨੂੰ ਸਮਰਥਨ ਦੇਣ ਵਾਲੇ ਆਲ ਇੰਡੀਆ ਹਿਊਮਨ ਰਾਈਟ ਕਾਉਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਨੇ ਲਾਡੋਵਾਲ ਟੋਲ ਪਲਾਜ਼ਾ ਤੇ ਪਾਣੀ ਵਾਲੀ ਹਾਉਦੀ ਚੋਂ ਨਿਕਲੇ ਹਥਿਆਰਾਂ ਦੀ ਪਰਜੋਰਿੰਦਾ ਕਰਦਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਹਥਿਆਰਾਂ ਸਬੰਧੀ ਜਾਂਚ ਹੋਣੀ ਅੱਤੀ ਜ਼ਰੂਰੀ ਹੈ ਕੌਮੀ ਪ੍ਰਧਾਨ ਆਜ਼ਾਦ ਨੇ ਕਿਹਾ ਕਿ ਟੋਲ ਪਲਾਜ਼ਾ ਅਧਕਾਰੀਆਂ ਨੂੰ ਜਦ ਉਹਨਾਂ ਦੇ ਕਰਮਚਾਰੀਆਂ ਵੱਲੋਂ ਵਾਹਨ ਚਾਲਕਾਂ ਨਾਲ ਕੀਤੀ ਜਾ ਰਹੀ ਗਾਲੀ ਗਲੋਚ ਸੰਬੰਧੀ ਸ਼ਿਕਾਇਤ ਕੀਤੀ ਜਾਂਦੀ ਤਾਂ ਅਧਿਕਾਰੀ ਸਵਾਫ ਜਵਾਬ ਦੇਣ ਦੇਣੇ ਅਜਿਹਾ ਇੱਥੇ ਨਹੀਂ ਹੁੰਦਾ ਕੌਮੀ ਪ੍ਰਧਾਨ ਆਜ਼ਾਦ ਨੇ ਕਿਹਾ ਕਿ ਹੁਣ ਟੋਲ ਪਲਾਜ਼ੇ ਦੇ ਅਧਿਕਾਰੀ ਦੱਸਣ ਕਿਸ ਕੰਮ ਲਈ ਹਥਿਆਰ ਛੁਪਾ ਕੇ ਰੱਖੇ ਗਏ ਹਨ ਉਹਨਾਂ ਨੇ ਕਿਹਾ ਕਿ ਟੋਲ ਟੈਕਸ ਤੇ ਗੁੰਡਾ ਟੈਕਸ ਦਾ ਉਗਰਾਇਆ ਜਾ ਰਿਹਾ ਪਰ ਇੱਥੇ ਗੱਡੀਆਂ ਵਾਲਿਆਂ ਨੂੰ ਕੁੱਟਣ ਲਈ ਹਥਿਆਰ ਅਤੇ ਗੁੰਡੇ ਵੀ ਰੱਖੇ ਗਏ ਹਨ। ਅੰਮ੍ਰਿਤਸਰ ਦੇ ਵਿੱਚ ਚੋਰੀ ਦੇ 6 ਮੋਟਰਸਾਈਕਲ ਸਮੇਤ 3 ਮੁਲਜ਼ਮ ਗ੍ਰਿਫਤਾਰ ਪੁਲਿਸ ਨੇ 2 ਮਾਮਲਿਆਂ ਵਿੱਚ 2 ਪਹੀਆ ਵਾਹਨ ਚੋਰੀ ਕਰਨ ਦੇ ਦੋਸ਼ੀ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਚੋਰੀ ਕੀਤੇ 6 ਮੋਟਰਸਾਈਕਲ ਬਰਾਮਦ ਕੀਤੇ ਹਨ। ਗ੍ਰਿਫਤਾਰ ਵਿਅਕਤੀਆਂ ਦੀ شناخت ਵਿਰਕਰਮ ਜੀਤ ਵਿੱਕੀ ਚੰਦ ਉਰਫ ਗੋਰੂ ਤੇ ਰਜਿੰਦਰ ਉਰਫ ਅੰਸ਼ ਦੇ ਵਜੋਂ ਹੋਈ ਹੈ ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਥਾਣਾ ਈ ਡਿਵੀਜ਼ਨ ਵਿੱਚ 1379 ਤੇ 411 ਹਿੱਟ ਤੋਂ ਵੱਖ-ਵੱਖ ਕੇਸ ਦਰਜ ਕੀਤੇ ਹਨ ਮੁਫਤ ਬਿਜਲੀ ਸੂਬੇ ਦੇ ਲੋਕਾਂ ਨੂੰ ਪੈ ਰਹੀ ਆ ਮਹਿੰਗੀ ਵੱਧ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਯੋਗ ਪ੍ਰਬੰਧ ਨਹੀਂ ਕੀਤੇ ਗਏ ਤੇ ਹੁਣ ਬਿਜਲੀ ਖਪਤਕਾਰਾਂ ਨੂੰ ਭਾਰੀ ਪੈ ਰਹੇ ਨੇ ਸੂਬੇ ਦੇ ਵਿੱਚ ਬਿਜਲੀ ਦੀ ਮੰਗ ਰੋਜ਼ਾਨਾ 15000 ਮੈਗਾਵਾਟ ਤੋਂ ਉੱਪਰ ਚੱਲ ਰਹੀ ਹੈ 14 ਜੂਨ ਨੂੰ ਇਹ ਮੰਗ 15704 ਮੈਗਾਵਾਟ ਤੇ ਪਹੁੰਚ ਗਈ ਬਿਜਲੀ ਮਾਰਾਂ ਦਾ ਕਹਿਣਾ ਹੈ ਕਿ ਸੂਬੇ ਦੀ ਬਿਜਲੀ ਮੰਗ 16000 ਮੈਗਾਵਾਟ ਦੇ ਅੰਕੜੇ ਵੱਲ ਵਧਣ ਵਾਲੀ ਹੈ ਜਿੱਥੇ ਵੱਡੇ ਬਿਜਲੀ ਸੰਕਟ ਪੈਦਾ ਹੋਣ ਦੇ ਆਸਾਰ ਨੇ ਸਰਕਾਰ ਵੱਲੋਂ ਬਿਨਾਂ ਕਿਸੇ ਸਮੀਖਿਆ 24 ਘੰਟੇ ਮੁਫਤ ਬਿਜਲੀ ਦਾ ਐਲਾਨ ਬਿਜਲੀ ਕਟਾਂ ਤੋਂ ਪੂਰਾ ਕਰਨ ਦਾ ਸਾਚ ਲੋਕਾਂ ਸਾਹਮਣੇ ਆ ਚੁੱਕਾ ਬਿਜਲੀ ਦੀਮ ਕੋਲ ਆਪਣੇ ਸਾਰੇ ਸਰੋਤਾ ਨਾਲ ਕੇਵਲ 16000 ਮੈਗਾਵਾਟ ਤੱਕ ਹੀ ਸੂਬੇ ਦੀ ਬਿਜਲੀ ਮੰਗ ਪੂਰੇ ਕਰਨ ਦੇ ਸਾਧਨਾਂ ਤੇ ਆਉਣ ਵਾਲੇ ਸਮੇਂ ਚ ਸਥਿਤੀ ਨਾ ਸੁਧਰਨ ਕਾਰਨ ਸੂਬੇ ਦੇ ਲੋਕਾਂ ਨੂੰ ਹੁਣ ਵੱਡੇ ਬਿਜਲੀ ਕਟਾਂ ਦਾ ਸਾਹਮਣਾ ਕਰਨਾ ਪਵੇਗਾ ਗ੍ਰੈਡਾਂ ਦੇ ਵਿੱਚ ਵੱਡੀ ਗੜਬੜੀ ਦੇ ਅਸਾਰ ਵੀ ਦਿਖਾਈ ਦੇ ਰਹੇ ਹਨ ਅਗਲੀ ਅਪਡੇਟ ਆ ਜੀ ਲੁੱਟ ਦੀ ਵਾਰ ਦਾਤ ਕਰਨ ਆਏ ਲੁਟੇਰਿਆਂ ਦਾ ਮੁਕਾਬਲਾ ਕਰਕੇ ਨੰਗੇ ਤੜਪਜਾਇਆ 70 ਸਾਲਾ ਬਜ਼ੁਰਗ ਨੇ ਕੱਪੜੇ ਤੇ ਚੱਪਲਾ ਛੱਡ ਭੱਜੇ ਲੁਟੇਰੇ ਪੁਲਿਸ ਲੋਪੋਕੇ ਅਧੀਨ ਆਉਂਦੇ ਪਿੰਡ ਬਰਾੜ ਵਿੱਚ ਲੁੱਟ ਦੀ ਵਾਰ ਦਾਤ ਕਰਨ ਆਏ ਲੁਟੇਰਿਆਂ ਨਾਲ ਇੱਕ ਬਜ਼ੁਰਗ ਨੇ ਮੁਕਾਬਲਾ ਕਰਕੇ ਨੰਗੇ ਤੜਪਜਾਉਣ ਦੀ ਖਬਰ ਹੈ ਇਸ ਸਬੰਧੀ ਜਾਣਕਾਰੀ ਦੰਦਿਆ ਪਿੰਡ ਬਰਾੜ ਦੇ 70 ਸਾਲਾ ਬਜ਼ੁਰਗ ਨਗਿੰਦਰ ਸਿੰਘ ਨੇ ਦੱਸਿਆ ਕਿ 3 ਵਜੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਬਰਾੜ ਤੋਂ ਵੱਡਾ ਕੋਹਾਲੀ ਨੂੰ ਜਾ ਰਿਹਾ ਸੀ ਰਸਤੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਉਸ ਦਾ ਪਰਸ ਖੋਣ ਦੀ ਕੋਸ਼ਿਸ਼ ਕੀਤੀ ਉਸ ਨੇ ਡਟ ਕੇ ਮੁਕਾਬਲਾ ਕੀਤਾ ਦੋਵੇਂ ਨੌਜਵਾਨ ਦੀਆਂ ਟੀ-ਸ਼ਰਟਾਂ ਉਤਾਰ ਲਈਆਂ ਇੱਕ ਲੁਟੇਰੇ ਦੇ ਸਿਰ ਵਿੱਚ ਰੂੜਾ ਵੀ ਮਾਰਿਆ ਜਿਸ ਤੇ ਸਿਰ ਚੋਂ ਸੱਟ ਲੱਗੀ ਖਿੱਚ ਤੂ ਦੇ ਵਿੱਚ ਮੇਰਾ ਪਰਸ ਜ਼ਮੀਨ 'ਚੋਂ ਡਿੱਗ ਪਿਆ ਜਿਸ ਨੂੰ ਫੜ ਕੇ ਦੋਵੇਂ ਲੁਟੇਰੇ ਨੰਗੇ ਤਾੜ ਆਪਣੀ ਜੁੱਤੀ ਮੋਟਰਸਾਈਕਲ ਛੱਡ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਦੌੜਨ ਦੇ ਵਿੱਚ ਕਾਮਯਾਬ ਹੋ ਗਏ ਹਨ اپੋਜੀਸ਼ਨ ਅੜ ਗਈ ਤਾਂ ਆਜ਼ਾਦ ਭਾਰਤ ਦੀ ਪਹਿਲੀ ਵਾਰ ਸਪੀਕਰ ਲਈ ਵੋਟਾਂ ਪੈਣਗੀਆਂ ਜੇ اپੋਜੀਸ਼ਨ ਪਾਰਟੀਆਂ ਅਗਲੇ ਹਫ਼ਤੇ ਲੋਕ ਸਭਾ ਸਪੀਕਰ ਦੇ ਉਹਦੇ ਲਈ ਸਰਕਾਰ ਨੂੰ ਵੋਟਾਂ ਪਵਾਉਣ ਲਈ ਮਜਬੂਰ ਕਰਦੀਆਂ ਹਨ ਤਾਂ ਆਜ਼ਾਦ ਭਾਰਤ ਦੀ ਪਹਿਲੀ ਮਿਸਾਲ ਹੋਵੇਗੀ ਕਿਉਂਕਿ ਹੁਣ ਤੱਕ ਆਮ ਸੈਪਟੀ ਨਾਲ ਹੀ ਸਪੀਕਰ ਬਣਦੇ ਆਏ ਨੇ ਆਜ਼ਾਦੀ ਤੋਂ ਪਹਿਲਾਂ 24 ਅਗਸਤ 1925 ਨੂੰ ਸੈਂਟਰਲ ਲੇਜਿਸਲੇਟਿਵ ਅਸੈਂਬਲੀ ਸਭਾ ਦੇ ਨਾਂ ਨਾਲ ਜਾਣੀ ਜਾਂਦੀ ਸੀ ਚੋਣ ਹੋਈ ਜਿਸ ਵਿੱਚ ਸਵਾਰਾਜਿਸਟ ਪਾਰਟੀ ਦੇ ਉਮੀਦਵਾਰ ਵਿੱਠਲਪਾਈ ਜੇ ਪਟੇਲ ਨੇ ਟੀ ਰੰਗਾਚਾਰੀਆਂ ਨੂੰ ਦੋ ਵੋਟਾਂ ਨਾਲ ਹਰਾਇਆ ਸੀ ਪਟੇਲ ਨੂੰ 58 ਤੇ ਰੰਗਾਚਾਰੀਆਂ ਨੂੰ 56 ਵੋਟਾਂ ਮਿਲੀਆਂ ਸਨ 24 ਦੀਆਂ ਲੋਕ ਸਭਾ ਚੋਣਾਂ 'ਚ ਉਹ ਚੰਗਾ ਪ੍ਰਦਰਸ਼ਨ ਕਰਕੇ ਆਪੋਜੀਸ਼ਨ ਪਾਰਟੀਆਂ ਦਾ ਗੱਠ ਜੋੜ ਇੰਡੀਆ ਡਿਪਟੀ ਸਪੀਕਰ ਦਾ ਉਹਦਾ ਮੰਗ ਰਿਹਾ ਜੋ ਕਿ ਆਪੋਜੀਸ਼ਨ ਪਾਰਟੀਆਂ ਦੇ ਮੈਂਬਰਾਂ ਨੂੰ ਦੇਣ ਦੀ ਰਵਾਇਤ ਰਹੀ ਹੈ ਮੋਦੀ ਸਰਕਾਰ ਨੇ ਇਹ ਰਵਾਇਤ ਤੋੜ ਦਿੱਤੀ ਸੀ ਸਾਧ ਡਿਪਟੀ ਸਪੀਕਰ ਦੀ ਨਿਯੁਕਤੀ ਹੀ ਨਹੀਂ ਹੋਣ ਦਿੱਤੀ ਸੀ ਇੱਕ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਜੇ ਆਪੋਜੀਸ਼ਨ ਨੂੰ ਡਿਪਟੀ ਸਪੀਕਰ ਦਾ ਉਹਦਾ ਨਾਮ ਮਿਲਿਆ ਤਾਂ ਸਰਕਾਰ ਨੂੰ ਸਪੀਕਰ ਦੇ ਅਹੁਦੇ ਲਈ ਵੋਟ ਪਾਉਣ ਲਈ ਮਜਬੂਰ ਕਰੇਗੀ 18ਵੀਂ ਲੋਕ ਸਭਾ ਤੋਂ ਪਹਿਲਾ اجلاس 24 ਜੂਨ ਨੂੰ ਸ਼ੁਰੂ ਹੋਣਾ ਤੇ ਨਵੇਂ ਮੈਂਬਰਾਂ ਦੇ ਸੌ ਚੱਕਣ ਤੋਂ ਬਾਅਦ ਸਪੀਕਰ ਦੀ ਚੋਣ ਕੀਤੀ ਜਾਵੇਗੀ ਇੰਡੀਆ ਗੱਠਜੋੜ ਕੋਲ 200 33 ਮੈਂਬਰ ਹਨ ਤੇ ਭਾਜਪਾ ਦੇ ਕੋਲੇ 293 ਮੈਂਬਰ ਹਨ ਭਾਜਪਾ 240 ਸੀਟਾਂ ਤੇ ਹੈ ਪਤਨੀ ਨੇ ਪੜ ਲਏ ਪਤੀ ਦੇ ਡਿਲੀਟ ਕੀਤੇ ਕੁਝ ਮੈਸੇਜ ਹੋਇਆ ਤਲਾਕ ਸ਼ਖਸ਼ ਨੇ ਮੋਬਾਈਲ ਕੰਪਨੀ ਨੇ ਮੁਕੱਦਮਾ ਠੋਕ ਦਿੱਤਾ ਤੇ ਇਸ ਆਦਮੀ ਨੇ ਐਪਲ ਕੰਪਨੀ ਤੇ ਕਰੋੜਾ ਰੁਪਏ ਦਾ ਦਾਵਾ ਠੋਕਿਆ ਉਸ ਦੀ ਪਤਨੀ ਨੇ ਉਸ ਮੈਸੇਜਾਂ ਨੂੰ ਪੜ ਰਿਹਾ ਸੀ ਜੋ ਕਾਰੋਬਾਰੀ ਨੇ ਜੇ ਜਿਸਾਨ ਨੇ ਇਸ ਸੰਦੇਸ਼ ਦੇ ਵਿੱਚ ਆਈਫੋਨ ਤੋਂ ਡਿਲੀਟ ਕਰ ਦਿੱਤੇ ਸਰ ਪਰ ਆਈਫੋਨ ਪਰਿਵਾਰ ਦੇ ਆਈਮੈਕ ਨਾਲ ਜੁੜਿਆ ਸੀ ਮੈਸੇਜ ਉਸ ਤੋਂ ਡਿਲੀਟ ਨਹੀਂ ਹੋ ਸਕਿਆ ਤੇ ਤਲਾਕ ਦੀ ਨੌਬਤ ਆ ਗਈ ਇੰਗਲੈਂਡ ਦੇ ਕਾਰੋਬਾਰੀ ਨੇ ਐਪਲ ਤੇ ਮੁਕੱਦਮਾ ਦਾਇਰ ਕਰ ਦਿੱਤਾ ਹੈ ਕਾਰੋਬਾਰੀ ਨੇ ਦਾਵਾ ਕੀਤਾ ਕਿ ਆਈਫੋਨ ਤੋਂ ਸੂਤ ਮਿਟਾ ਦਿੱਤੇ ਪਰ ਪਰਿਵਾਰ ਦੇ ਡਿਵਾਈਸ ਦੇ ਇੱਕ ਹੀ ਐਪਲ ਆਈਡੀ ਦੇ ਨਾਲ ਜੁੜੇ ਹੋਣ ਕਾਰਨ ਆਈਮੈਕ ਉੱਤੇ ਮੈਸੇਜ ਹੁਣ ਵੀ ਪੜੇ ਜਾ ਸਕਦੇ ਨੇ ਉਸ ਦਾ ਕਹਿਣਾ ਕਿ ਐਪਲ ਯੂਜ਼ਰ ਨੂੰ ਇਹ ਦੱਸਿਆ ਹੀ ਨਹੀਂ ਗਿਆ ਕੀ ਇੱਕ ਡਿਵਾਈਸ ਤੇ ਮੈਸੇਜ ਡੀਲੀਟ ਕਰਨ ਨਾਲ ਵੀ ਉਹ ਸਾਰੇ ਲਿੰਕ ਕੀਤੇ ਗਏ ਡਿਵਾਈਸ ਤੋਂ ਨਹੀਂ ਹਟਦਾ ਹੁਣ ਉਸਨੇ 52 ਕਰੋੜ 92 ਲੱਖ ਰੁਪਏ ਤੋਂ ਵੱਧ ਰਕਮ ਜਿਹੜੀ ਚੋਕਾਣੀ ਪਵੇਗੀ ਐਸਐਚਓ ਕਰਮਜੀਤ ਨੇ ਖੁਦ ਖਰੀਦਦਾਰ ਬਣ ਕੇ ਚਿੱਟੇ ਦੀ ਤਸਕਰ عورت ਨੂੰ ਕੀਤਾ ਕਾਬੂ ਕਰਮਦੀਤ ਗੌਰ ਨੇ ਸਿਵਲ ਵਰਦੀ ਵਿੱਚ ਜਾ ਕੇ ਮਲੂਠ ਸ਼ਹਿਰ ਦੇ ਸਟੇਸ਼ਨ ਦੇ ਸਾਹਮਣੇ ਵਾਲੇ ਘਰ 'ਚ ਜੋ ਨਸ਼ਾ ਵੇਚਣ ਵਿੱਚ ਬਦਨਾਮ ਸਨ ਤਸਕਰਾਂ ਦੇ ਘਰ ਖੁਦ ਖਰੀਦਦਾਰ ਬਣ ਕੇ ਉਹਨਾਂ ਨੂੰ ਚਿੱਟਾ ਵੇਚਣਾ ਵਾਲੇ ਲੋਕਾਂ ਨੂੰ ਚਿੱਟੇ ਦੇ ਸਮੇਤ ਕਾਬੂ ਕੀਤਾ ਉਹਨਾਂ ਨੇ ਕਿਹਾ ਜੇਕਰ ਕੋਈ ਪੁਲਿਸ ਕਰਮਚਾਰੀ ਇਮਾਨਦਾਰੀ ਤੰਦ ਹੀ ਨਾਲ ਕੰਮ ਕਰੇ ਤਾਂ ਨਸ਼ੇ ਨੂੰ ਬਹੁਤ ਵੱਡੀ ਹੱਦ ਤੱਕ ਠੱਲ ਪਾਈ ਜਾ ਸਕਦੀ ਆ ਉਹਨਾਂ ਇਹਨਾਂ ਸ਼ਬਦਾਂ ਦੇ ਖਰੇ ਉੱਤਰ ਦੇ ਇੱਕ ਵੱਖਰੇ ਅੰਦਾਜ਼ ਵਿੱਚ ਕਾਰਵਾਈ ਕਰਦਿਆਂ ਨਸ਼ਾ ਤਸਕਰ ਔਰਤ ਨੂੰ ਕਾਬੂ ਕੀਤਾ ਰੇਲਵੇ ਸਟੇਸ਼ਨ ਦੇ ਸਾਹਮਣੇ ਜੋ ਛੱਜ ਬਣਾਉਣ ਦਾ ਕੰਮ ਕਰਦੇ ਨੇ ਘਰ ਦੇ ਵਿੱਚ ਐਸਐਚਓ ਕਰਮਜੀਤ ਖੁਦ ਉਹ ਇੱਕ ਔਰਤ ਜੋ ਪਹਿਲਾਂ ਘਰ ਵਿੱਚੋਂ ਲਗਾਤਾਰ ਖੁਦ ਚਿੱਟਾ ਖਰੀਦੀ ਰਹੀ ਜਾ ਕੇ ਚਿੱਟੇ ਤਸਕਰ ਔਰਤ ਨੂੰ ਕਾਬੂ ਕੀਤਾ ਤੇ ਇੱਕ ਔਰਤ ਭਾਜਣ ਦੇ ਵਿੱਚ ਕਾਮਜਾਬ ਰਹੀ ਹੈ ਪੁਲਿਸ ਹੈੱਡ ਕੁਆਟਰ ਦੇ ਵਿੱਚ ਥਾਣੇਦਾਰ ਦੀ ਪਤਨੀ ਦੀ ਪੇਤ ਪਰੇ ਹਾਲਾਤਾਂ ਚੋਂ ਮਿਲੀ Laash so ਹੌਲਦਾਰ ਮਨਦੀਪ ਸਿੰਘ ਆਪਣੀ 30 ਸਾਲਾ ਪਤਨੀ ਸੂਨੀਆ ਤਿੰਨ ਬੱਚਾ ਨਾਲ ਥਾਣੇ ਦੇ ਪਿੱਛੇ ਹੀ ਬਣੇ ਪੁਲਿਸ ਕੁਆਟਰਾਂ ਵਿੱਚ ਰਹਿੰਦਾ ਸੀ ਅੱਜ ਤੜਕੇ 3 ਵਜੇ ਹੌਲਦਾਰ ਮਨਦੀਪ ਸਿੰਘ ਨੇ ਸਹੁਰੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਸੂਨੀਆ ਨੂੰ ਕੁਝ ਹੋ ਗਿਆ ਜਲਦੀ ਆ ਜਾਓ ਜਦੋਂ ਪੇਕਾ ਪਰਿਵਾਰ ਸ਼ਿਦਵਾ ਬੇਟ ਪੂਜਾ ਦਾ ਸੂਨੀਆ ਦੇ ਕੁਆਟਰ ਦੇ ਕਮਰੇ ਤੇ ਬੈੱਡ ਤੇ ਲਾਸ਼ ਪਈ ਸੀ ਹੌਲਦਾਰ ਪਤੀ ਘਰ ਵਿੱਚ ਨਹੀਂ ਸੀ ਸੂਨੀਆ ਦੀ ਮਾਤਾ ਸੁਮਿਤਰਾ ਦੇਵੀ ਨੇ ਆਪਣੇ ਜਵਾਈ ਤੇ ਸੂਨੀਆ ਨੂੰ ਮਾਰਨ ਦਾ ਦੋਸ਼ ਲਾਇਆ ਤੇ ਹੌਲਦਾਰ ਨੇ ਸੂਨੀਆਂ ਨੂੰ ਮਾਰਿਆ ਜਿਸ ਕਾਰਨ ਦੋਵਾਂ ਨੇ ਪਿਛਲੇ ਲੰਬੇ ਸਮੇਂ ਤੋਂ ਰੈਂਦੇ ਕਲੇ ਕਲੇਸ਼ ਨੂੰ ਕਾਰਨ ਦੱਸਿਆ ਹੈ। ਸਰਕਾਰੀ ਬੱਸ ਦੇ ਕੰਡਕਟਰ ਨੂੰ ਆਪ ਸ਼ਬਦ ਬੋਲਣ ਵਾਲੀ ਔਰਤ ਦੇ ਖਿਲਾਫ ਪੁਲਿਸ ਕਾਰਵਾਈ ਠੰਡੇ ਬਸਤੇ ਦੇ ਵਿੱਚ ਪੈਣ ਲੱਗੀ। ਜਾਣਕਾਰੀ ਦੇ ਅਨੁਸਾਰ ਪਿਛਲੇ ਹਫਤੇ ਫਰੀਦਕੋਟ ਡੀਪੂ ਦੀ ਬੱਸ ਨੰਬਰ PB04AC6242 PRTC ਜੋ ਬੱਸ ਅਮਰਤਸਰ ਤੋਂ ਦੁਪਹਿਰ 1 ਵਜੇ ਸਿਰਸਾ ਜਾ ਰਹੀ ਸੀ ਬੱਸ ਗੁੰਨੀਆਂ ਨਾ ਮੰਡੀ ਤੋਂ ਬਠਿੰਡੇ ਵੱਲ जान लगी ਤਾਂ ਉਹ ਇੱਕ ਔਰਤ ਸਵਾਰੀ ਵੱਲੋਂ ਕਿਸੇ ਕਾਰਨ ਕੰਡਕਟਰ ਨੂੰ ਆਪ ਸ਼ਬਦ ਬੋਲੇ ਡਿਊਟੀ ਉਪਰੰਤ ਬੁਰਾ ਫਲਾ ਗਿਆ ਉਸੇ ਸਮੇਂ ਕੰਡਕਟਰ ਗੁਰਜੰਟ ਸਿੰਘ ਵੱਲੋਂ ਡਾ ਇੰਚਾਰਜ ਕੇਵਲ ਸ਼ਰਮਾ ਨੂੰ ਨਾਲ ਲੈ ਕੇ বাস ਨੂੰ ਉਕਤ ਮਾਮਲੇ ਪ੍ਰਤੀ ਥਾਣਾ ਨਈਆਂ ਵਾਲਾ ਵਿਖੇ ਸੂਚਨਾ ਦੇ ਸੀ ਇਸ ਦੌਰਾਨ ਕੰਡਕਟਰ ਦਾ ਬਲ ਲੱਡ ਪ੍ਰੈਸ਼ਰ ਵਧਣ ਦੇ ਕਾਰਨ ਸਿਵਲ ਹਸਪਤਾਲ ਤੋਂ ਦਾਖਲ ਕਰਵਾਉਣਾ ਪਿਆ ਤੇ ਪਨਬਸ ਰੂਡਵੇਜ ਵਰਕਰ ਯੂਨੀਅਨ ਨੇ ਪੰਜਾਬ ਦੇ ਪੁਲਾਰਣ ਕਹੇ 4-5 ਦਿਨ ਬੀਤ ਜਾਣ ਦੇ ਬਾਵਜੂਦ ਵੀ ਥਾਣਾ ਨਈਆਂ ਵਾਲੀਆਂ ਪੁਲਿਸ ਦੇ ਵੱਲੋਂ ਔਰਤ ਸਰਕਾਰ ਅਸਵਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਬੁਲਾਰੇ ਅਨੁਸਾਰ ਔਰਤ ਦਾ ਲੜਕਾ ਪੰਜਾਬ ਪੁਲਿਸ ਵਿੱਚ ਇੱਕ ਮੁਲਾਜ਼ਮ ਹੋਣ ਕਰਕੇ ਪੁਲਿਸ ਵੱਲੋਂ ਔਰਤ ਸਵਾਰੀ ਦਾ ਪੱਖ ਪੂਰਿਆ ਜਾ ਰਿਹਾ ਤੇ ਔਰਤ ਸਵਾਰੀ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਧਰ ਗੁਰਜੰਟ ਸਿੰਘ ਨੇ ਦੱਸਿਆ ਕਿ ਜਦੋਂ ਹਸਪਤਾਲ ਵਿੱਚ ਦਾਖਲ ਸੀ ਤਾਂ ਉਸ ਦਾ ਲੜਕਾ ਕੁਝ ਲੜਕਾ ਨਾਲ ਹਸਪਤਾਲ ਆਇਆ ਤਾਂ ਉਸ ਨੂੰ ਨੌਕਰੀ ਤੋਂ ਕਢਵਾਉਣ ਦੀਆਂ ਧਮਕੀਆਂ ਦੇ ਗਿਆ। ਹੌਨ ਸਪੀਕਰ ਸੰਧਵਾ ਦੇ ਭਰਾ ਦੀ ਇੱਕ ਪੁਲਿਸ ਮੁਲਾਜ਼ਮ ਨਾਲ ਗਾਲੀ ਗਲੋਚ ਕਰਦੇ ਦੀ ਆਡੀਓ ਵਾਇਰਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਦੇ ਭਰਾ ਐਡਵੋਕੇਟ ਵੀਰਿੰਦਰ ਸਿੰਘ ਸੰਧਵਾ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆਡੀਓ ਚ ਪੁਲਿਸ ਵਿਭਾਗ ਦੇ ਇੱਕ ਮੁਲਾਜ਼ਮ ਦੇ ਨਾਲ ਗਾਲੀ ਗਲੋਚ ਕਰਦੇ ਆ ਰਹੇ ਹਨ ਇਸ ਬੰਦੇ ਇਨਸਾਫ ਲੈਣ ਦੇ ਲਈ ਪੁਲਿਸ ਅਧਿਕਾਰੀ ਬੋਰ ਸਿੰਘ ਵੱਲੋਂ ਪੁਲਿਸ ਸਟੇਸ਼ਨ ਵਿੱਚ ਆਪਣੀ ਦਰਖਾਸਤ ਦਿੱਤੀ ਗਈ ਹੈ ਉਸ ਨੇ ਕਿਹਾ ਕਿ ਗਾਲੀ ਗਲੋਚ ਕਰਨ ਅਤੇ ਧਮਕੀਆਂ ਦੇ ਕੇ ਜਲੀਲ ਕੀਤੇ ਜਾਣ ਦਾ ਜ਼ਿਕਰ ਹੈ 7 ਦਿਨਾਂ ਬਾਅਦ ਕਿਸਾਨ ਜਥੇਬੰਦੀਆਂ ਦੀ ਕਿਸਾਨ 3 ਨਾਲ ਬਣੀ ਸਹਿਮਤੀ ਦੋਨਾਂ ਧਿਰਾਂ ਨੇ ਧਰਨਾ ਚੁੱਕ ਦਿੱਤਾ ਹੈ ਜਿੱਥੇ ਠੰਡੇ ਅ ਠੱਡੇ ਲਾਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਆਪਣੇ ਤੌਰ ਤੇ ਮਿੱਟੀ ਪਾਈ ਗਈ ਸੀ ਦੋਨਾਂ ਕਿਸਾਨ ਧਿਰਾਂ ਨੇ ਨਿਸ਼ਾਨਦੇਹੀ ਨੂੰ ਲੈ ਕੇ ਆਮੂ ਸਾਹਮਣੇ ਡਟੀਆਂ ਸਨ ਦੋਨਾਂ ਧਿਰਾਂ ਵੱਲੋਂ ਪ੍ਰਸ਼ਾਸਨ ਵਿੱਚ ਹੀ ਨੁਕਸ ਕੱਢੇ ਜਾ ਰਹੇ ਸਨ ਤੇ ਪ੍ਰਸ਼ਾਸਨ ਵੱਲੋਂ ਗੱਲ ਨਾ ਸੁਣਨ ਦੇ ਕਾਰਨ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜਥੇਬੰਦੀਆਂ ਦੇ ਆਦੇਦਾਰ ਦੋ ਦਿਨ ਤੋਂ ਚੱਲੀ ਮੀਟਿੰਗ ਤੋਂ ਬਾਅਦ ਅੱਜ ਮਿਲ ਕੇ ਕਿਸਾਨ ਧਿਰਾਂ ਦੇ ਵਿੱਚ ਸਮਝੌਤਾ ਕਰਵਾ ਦਿੱਤਾ ਹੈ ਲੋਹੇ ਦੀ ਰਾਡ ਮਾਰ ਕੇ ਪ੍ਰਵਾਸੀ ਮਜ਼ਦੂਰ ਨੇ ਪੰਜਾਬੀ ਵਿਅਕਤੀ ਦਾ ਕੀਤਾ ਕਤਲ ਮੌਕੇ ਤੇ ਪਹੁੰਚੀ ਵੀ ਟਲਵਾ ਪੁਲਿਸ ਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪ੍ਰਵਾਸੀ ਮਜ਼ਦੂਰ ਨੂੰ ਗ੍ਰਿਫਤਾਰ ਕਰ ਲਿਆ ਜੀ ਕਪੂਰਥਲਾ ਦੇ ਪਿੰਡ ਰਾਏਪੁਰ ਅਰਾਈਆਂ ਮੰਡ ਚ ਬੀਤੀ ਰਾਤ ਇੱਕ ਪ੍ਰਵਾਸੀ ਮਜ਼ਦੂਰ ਨੇ ਪੰਜਾਬੀ ਵਿਅਕਤੀ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਕੇ ਉਸ ਨੂੰ ਮੌਤ ਤੇ ਘਾਟ ਉਤਾਰ ਦਿੱਤਾ ਮ੍ਰਿਤਕ ਵਿਅਕਤੀ ਦੀ ਪਛਾਣ ਮੰਗਤ ਰਾਮ ਉਰਫ ਮੰਗੀਵਾਸੀ ਰਾਏਪੁਰ ਅਰਾਈਆਂ ਦੇ ਵਜੋਂ ਹੋਈ ਹੈ ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੇ 138 ਵਿੱਚੋਂ 109 ਬਲਾਕਾਂ ਦਾ ਧਰਤੀ ਹੇਠਲਾ ਪਾਣੀ ਚਿੰਤਾਜਨਕ ਪੱਧਰ ਦੇ ਤੱਕ ਘਟਿਆ ਹਰੀ ਕ੍ਰਾਂਤੀ ਦਾ ਬਾਨੀ ਕਹੇ ਜਾਣ ਵਾਲੇ ਪੰਜਾਬ ਦੇ ਵਿੱਚੋਂ ਧਰਤੀ ਚੋਂ ਨਿਰੰਤਰ ਪਾਣੀ ਕੱਢੇ ਜਾਣ ਕਾਰਨ ਪਿਛਲੇ 4 ਦਹਾਕਿਆਂ ਚੋਂ ਸੂਬੇ ਦੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾਜਨਕ ਪੱਧਰ ਤੱਕ ਘਟ ਗਿਆ ਸਰਕਾਰੀ ਅੰਕੜਿਆਂ ਅਨੁਸਾਰ 138 ਦੇ ਵਿੱਚੋਂ 109 ਬਲਾਕਾਂ ਨੂੰ ਧਰਤੀ ਹੇਠਲਾ ਪਾਣੀ ਬਹੁਤਾਂਤ ਵਿੱਚ ਕੱਢੇ ਜਾਣ ਦੇ ਨਾਲ ਜ਼ਿਆਦਾ ਖਪਤ ਕਰਨ ਵਾਲੇ ਬਲਾਕ ਐਲਾਨ ਦਿੱਤਾ ਜਿਸ ਦੇ ਸੂਬੇ ਵਿੱਚ ਬਚਦੇ ਦੋ ਬਲਾਕ ਨਾਜ਼ੁਕ ਪੰਜ ਬਲਾਕਾਂ ਦਰਦ ਨਾਜ਼ੁਕ ਤੇ 22 ਬਲਾਕਾਂ ਹੇਠਾ ਤਰਲਤੀ ਦਾ ਪਾਣੀ ਸੁਰੱਖਿਅਤ ਪਾਇਆ ਗਿਆ ਹੈ ਹੁਣ ਤੱਕ ਇਹ ਅੰਕੜਾ ਹੋਰ ਵੀ ਚਿੰਤਾਜਨਕ ਸਥਿਤੀ ਵੱਲ ਵਧ ਰਿਹਾ ਅੰਕੜਿਆਂ ਅਨੁਸਾਰ ਸਾਲ 1984 ਚ ਸੂਬੇ ਦੇ 118 ਬਲਾਕਾਂ ਦੇ ਵਿੱਚੋਂ 53 ਬਲਾਕਾਂ ਦੇ ਪਾਣੀ ਨੂੰ ਪੱਦਰ ਨੂੰ ਡਾਰਕ ਜ਼ੋਨਾਂ ਲਾਂ ਦਿੱਤਾ ਗਿਆ ਸੀ 1980 ਦੇ ਵਿੱਚ ਪੰਜਾਬ ਚ 6 ਲੱਖ ਤੋਂ ਵੱਧ ਟਿਊਬਵੈਲਸ ਹਨ ਤੇ 17 18 ਦੇ ਦੌਰਾਨ ਇਹ ਅੰਕੜਾ ਵੱਧ ਕੇ 14 ਲੱਖ 78000 ਤੱਕ ਪਹੁੰਚ ਗਿਆ ਹੈ ਧਰਤੀ ਹੇਠਲਾ ਪਾਣੀ ਡੂੰਘਾ ਹੋਣ ਪਿੱਛੇ ਵੱਖ-ਵੱਖ ਮਹਰ ਕਈ ਕਾਰਨ ਬੰਦੇ ਨੇ ਜਿਨ੍ਹਾਂ ਦੇ ਵਿੱਚ ਪਹਿਲਾ ਸੂਬੇ ਚੂ ਚੋਣੇ ਦੀ ਕਾਸ਼ਤ ਖੇੜਲਾ ਰਕਬਾ ਵਧਨਾ ਤੇ ਪੰਜਾਬ ਪਿਛਲੇ 4 ਦਹਾਕਿਆਂ ਦੇ ਅਰਸੇ ਦੌਰਾਨ ਟਿਊਬਵੈਲਾਂ ਦੀ ਗਿਣਤੀ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ। ਅਪਾਧ ਚਾਲਕ ਨੂੰ ਨੈਰ ਵਿੱਚ ਧੱਕਾ ਮਾਰ ਕੇ ਈ ਰਿਕਸ਼ਾ ਖੋਣ ਵਾਲੇ ਵਿਅਕਤੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਅਪਾਹਦ ਚਾਲਕ ਨੂੰ ਨੈਰ ਵਿੱਚ ਧੱਕਾ ਮਾਰ ਕੇ ਈ ਰਿਕਸ਼ਾ ਖੋਣ ਵਾਲੇ ਵਿਅਕਤੀ ਨੂੰ ਪੁਲਿਸ ਥਾਣਾ ਸ਼ੇਖਵਾ ਵੱਲੋਂ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸਬੰਧੀ ਸ਼ੇਖਵਾ ਦੀ ਤਫਤੀਸ਼ੀ ਅਫਸਰ ਸਬ ਇਨਸਪੈਕਟਰ ਜਸਜੀਤ ਸਿੰਘ ਨੇ ਦੱਸਿਆ ਗਾਂਧੀ ਕੈਂਪ ਬਟਾਲਾ ਚ ਰਹਿਣ ਵਾਲੇ ਰਣਜੀਤਪਾਲ ਪੁੱਤਰ ਸੰਤਰਾਮ ਆਪਣੇ ਪ੍ਰਾਪਰੰਪਿਤ ਪੰਮਾ ਜੋ ਬਟਾਲਾ ਵਿੱਚ ਹੀ ਰੱਖਿਆ ਚਲਾਉਂਦਾ ਗੁੰਮ ਹੋਣ ਸੰਬੰਧੀ ਰਿਪੋਰਟ ਲਖਵਾਈ ਸੀ ਸੁਖਬੀਰ ਬਾਦਲ ਨੇ ਜ਼ਿਲ੍ਹਾ ਪ੍ਰਧਾਨ ਦਾ ਅਸਤੀਫਾ ਨਹੀਂ ਮੰਗਿਆ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਕੁਲਵੰਤ ਮੰਨਣ ਵਾਲਾ ਅਸਤੀਫਾ ਦੇ ਕੇ ਪ੍ਰਧਾਨ ਸੁਖਬੀਰ ਬਾਦਲ ਨੇ ਨਾਮਨਜ਼ੂਰ ਕਰ ਦਿੱਤਾ ਉਹਨਾਂ ਦਾ ਮੰਨਣਾ ਹੈ ਕਿ ਜਲੰਧਰ ਸ਼ਹਿਰ ਦੀਆਂ ਸੇਵਾਵਾਂ ਨਿਰੰਤਰ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਅਤੇ ਉਹਨਾਂ ਨੇ ਕਿਹਾ ਕਿ ਸ਼੍ਰੀ ਮੰਨਨ ਲੰਮਾ ਸਮਾਂ ਪਾਰਟੀ ਲਈ ਨਿਸ਼ਕਾਮ ਸੇਵਾਵਾਂ ਦਿੱਤੀਆਂ ਨੇ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਦੇ ਮੱਦੇਨਜ਼ਰ ਕੁਲਵੰਤ ਸਿੰਘ ਮੰਨਨ ਨੇ ਜ਼ਿਲ੍ਹਾ ਪ੍ਰਧਾਨਗੀ ਤੋਂ ਆਪਣਾ ਅਸਤੀਫਾ ਦਿੱਤਾ ਸੀ ਪਾਰਟੀ ਹਾਈ ਕਮਾਂਡ ਨੇ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਸਵਿਕਾਰ ਕਰਦਿਆਂ ਮੋੜ ਪੰਥਕ ਰਵਾਇਤਾਂ ਤੇ ਚੱਲ ਕੇ ਪੰਥ ਤੇ ਪੰਜਾਬ ਪ੍ਰਤੀ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖਣ ਦਾ ਕਿਹਾ ਹੈ ਚੰਡੀਗੜ੍ਹ ਪੁਲਿਸ ਦੇ ASI ਨਾਲ ਬਹਿਸ ਦਾ ਮਾਮਲਾ ਹਿਮਾਚਲ ਪੁਲਿਸ ਨੇ ਦਿੱਤਾ ਸਪਸ਼ਟੀਕਰਨ 15 ਸਾਲਾਂ ਤੋਂ ਗੁਰੂ ਘਰ ਵਿੱਚ ਸੇਵਾ ਕਰਦੇ ਆ ਰਹੇ ਗਰੰਤੀ ਸਿੰਘ ਨੂੰ ਮੋਟਰਸਾਈਕਲ ਪੇਟ ਕੀਤਾ ਸੰਦਵਾ ਵਿਖੇ ਜਸਮੀਤ 스웨ਡਨ ਜੋਬਨ ਪ੍ਰੀਤ ਸਿੰਘ ਤੇ ਹਰਮੀਤ ਸਰਪੰਚ ਨੇ ਆਪਣੇ ਦਾਦਾ ਠਾਕੁਰ ਸਿੰਘ ਚੌਧਰੀ ਦੀ ਯਾਦ ਵਿੱਚ 15 ਸਾਲਾਂ ਤੋਂ ਪਿੰਡ ਦੇ ਗੁਰੂ ਘਰ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਨਿਭਾਰੇ ਗੁਰਨਾਬ ਸਿੰਘ ਪਿੰਡ ਰੰਗੜ ਨੰਗਲਾ ਨੂੰ ਮੋਟਰਸਾਈਕਲ ਭੇਟ ਕੀਤਾ ਇਸ ਮੌਕੇ ਪਿੰਡ ਵਾਸੀਆਂ ਨੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਹੈ ਯੂਪੀਆਈ ਪੇਮੈਂਟ ਕਰਨ ਵਾਲੇ ਯੂਜ਼ਰ ਨੂੰ ਲੱਗਾ ਵਟ ਦਾ ਚਟਕਾ ਦੇਣਾ ਪੈ ਸਕਦਾ ਵਾਧੂ ਚਾਰਜਸ ਹੋਏ ਵੀ ਵੱਡੀ ਅਪਡੇਟ ਹੈ ਹਾਲਾਂਕਿ ਇਸ ਨੂੰ ਲੈ ਕੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਹੁਣ 2000 ਰੁਪਏ ਦੀ ਪੇਮੈਂਟ ਤੇ ਕੋਈ ਚਾਰਜ ਨਹੀਂ ਦੇਣਾ ਪੈਂਦਾ ਪਰ ਵੱਡੀ ਟਰਾਂਜੈਕਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦਾ ਫੈਸਲਾ ਲਿਆ ਗਿਆ ਹੈ ਦੋ ਟਰੱਕਾਂ ਵਿਚਾਲੇ ਟੱਕਰ ਹੋਣ ਤੋਂ ਬਾਅਦ ਲੱਗੀ ਭਿਆਨਕ ਅੱਗ ਤੂ ਤੂ ਕਰਕੇ ਸੜੇ ਟਰੱਕ ਖੌਫਨਾਕ ਵੀਡੀਓ ਹਰਿਆਣਾ ਚੱਜਰ ਦੇ ਵਿੱਚ ਇੱਕ ਸੜਕ ਹਾਦਸੇ ਦੀ ਸਾਹਮਣੇ ਆ ਰਹੀ ਹੈ ਜੁਥੇ ਬਹੁਤ ਭਿਆਨਕ ਦ੍ਰਿਸ਼ ਦੇਖਣ ਨੂੰ ਮਿਲਿਆ ਚੱਜਰ ਚ ਅਚਾਨਕ ਦੋ ਟਰੱਕਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਦੋਵਾਂ ਵਿਚਾਲੇ ਟਰੱਕ ਟਰੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਟਰੱਕਾਂ ਨੂੰ ਤੁਰੰਤ ਅੱਗ ਲੱਗ ਗਈ ਇਹ ਹਾਦਸਾ ਚੱਜਰ ਜਹਾਜ਼ਗੜ ਛੁੱਛੂਕਵਾਸ ਰੋਡ ਤੇ ਵਾਪਰਿਆ ਹੈ 10 ਜੂਨ ਤੋਂ ਲਾਪਤਾ ਹੋਏ ਆਗੂ ਬਾਰੇ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਦੇ ਰਿਹਾ ਕੋਈ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਨੇ 10 ਜੂਨ ਤੋਂ ਲਾਪਤਾ ਹੋਏ ਅਕਾਲੀ ਦਲ ਦੇ ਵਰਕਰ ਲਖਵਿੰਦਰ ਲੱਖਾ ਦੀ ਪਾਲ ਵਿੱਚ ਪਰਿਵਾਰ ਨਾਲ ਡਟ ਗਏ ਹਨ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਪਾਲ ਵਿੱਚ ਪਰਿਵਾਰ ਦੀ ਮਦਦ ਕਰਨ ਵਿਕਰਮ ਮਜੀਠੀਆ ਨੇ ਕਿਹਾ ਕਿ ਭਾਵੇਂ ਪਰਿਵਾਰ ਨੇ ਪੁਲਿਸ ਤੱਕ ਪਹੁੰਚ ਕੀਤੀ ਲਖਵਿੰਦਰ ਲੱਖਾ ਨੂੰ ਆਮ ਆਦਮੀ ਪਾਰਟੀ ਤੋਂ ਮਿਲ ਰਹੀਆਂ ਤੰਕੀਆਂ ਬਾਰੇ ਵੀ ਜਾਣਕਾਰੀ ਦਿੱਤੀ ਸੀ ਪਰ ਪੁਲਿਸ ਕੇਸ ਅੱਗੇ ਕੋਚ ਕਰਨ ਦੇ ਵਿੱਚ ਨਕਾਮ ਹੈ ਕਾਲੀਆ ਗੁਣ ਕਹੇ ਲੱਖਾ ਇੱਕ ਫੱਕੇ ਸਮਰਪਿਤ ਸਿੱਖ ਸਮਾਜਿਕ ਕਾਰਕੁਨਾਂ ਜਿਨ੍ਹਾਂ ਨੇ ਹਰ ਪੱਧਰ ਤੇ ਅਨਿਆਇ ਖਿਲਾਫ ਲੜਾਈ ਲੜੀ ਉਹਨਾਂ ਨੇ ਕਿਹਾ ਲੱਖਾ ਨੇ ਹਰਸ਼ੀਨਾ ਪਿੰਡ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਮਜ਼ੋਰ ਵਰਗਾਂ ਨੂੰ ਆਟਾ ਵੰਡਣ ਦੀ ਵੀਡੀਓ ਬਣਾ ਲਈ ਸੀ ਤੇ ਪਾਰਲੀਮੈਂਟੀ ਚੋਣਾਂ ਵਿੱਚ ਜਾਲੀ ਬੂਟਾ ਪਾਉਣ ਦਾ ਜ਼ੋਰਦਾਰ ਵਿਰੋਧ ਵੀ ਕੀਤਾ ਸੀ ਪਰਿਵਾਰਕ ਮੈਂਬਰਾਂ ਜਿਨ੍ਹਾਂ ਵਿੱਚ ਬਹੁਤ ਐਨ ਆਰ ਆਈ ਹਨ ਨੂੰ ਜਦੋਂ ਲੱਕੇ ਦੇ ਲਾਭ ਪਾਉ ਤਾ ਹੋਣ ਦਾ ਪਤਾ ਲੱਗਾ ਤਾਂ ਤੁਰੰਤ ਇੱਥੇ ਪਹੁੰਚ ਗਏ ਪਤਨੀ ਦੀ ਸ਼ਿਕਾਇਤ ਮਗਰੋਂ 4 ਗ੍ਰਾਮ ਚਿੱਟੇਸਣੇ ਪਤੀ ਕਾਬੂ ਸੋਕਾਗਾ ਪੁਲਿਸ ਨੇ ਟਰੋਲਾ ਦੇ ਵਿੱਚ ਇੱਕ ਕਰਤੂਛਾ ਾਪਾ ਮਾਰ ਕੇ 4 ਗ੍ਰਾਮ ਚਿੱਟਾ ਬਰਾਮਦ ਕਰਕੇ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚਾਰਖੰਡ ਤੋਂ ਜਿੱਥੇ ਸੁਰੱਖਿਆ ਬਲਾਂ ਮੁਕਾਬਲੇ ਚ 5 ਮਾਓਵਾਦੀ ਹਲਾਕ ਕਰ ਦਿੱਤੇ ਗਏ ਹਨ ਉਹਨਾਂ ਨੇ ਕਿਹਾ ਕਿ ਲਿੰਪੂ ਗੇੜਾ ਖੇਤਰ ਦੇ ਵਿੱਚ ਸਵੇਰੇ 5 ਵਜੇ ਇਹ ਲੜਾਈ ਇਹ ਮੁਕਾਬਲਾ ਹੋਇਆ ਸੀ ਖੁਸ਼ਖਬਰੀ 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 ਇਹਨਾਂ ਕਿਸਾਨਾਂ ਦਾ ਕਰਜ਼ਾ ਹੋਵੇਗਾ ਮਾਫ਼ ਸਰਕਾਰ ਨੇ ਜਾਰੀ ਕੀਤਾ ਹੁਕਮ ਕਿਸਾਨਾਂ ਨੂੰ ਵੱਡੀ ਖੁਸ਼ਖਬਰੀ ਹੈ ਝਾਰਖੰਡ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਝਾਰਖੰਡ ਦੇ ਖੇਤੀਬਾੜੀ ਮੰਤਰੀ ਦੇ ਬਾਦਲ ਪੱਤਰ ਲੇਖ ਨੇ ਕਿਹਾ ਕਿ ਰਾਜ ਸਰਕਾਰ ਨੇ 192000 ਤੋਂ ਵੱਧ ਕਿਸਾਨਾਂ ਨੂੰ ਰਾਹਤ ਦੇਣ ਦੇ ਤਹਿਤ 2-2 ਲੱਖ ਰੁਪਏ ਤੱਕ ਦਾ ਖੇਤੀ ਕਰਜ਼ਾ ਮਾਫ ਕਰਨ ਦਾ ਐਲਾਨ ਕੀਤਾ ਹੈ ਸੀਨੀਅਰ ਅਕਾਲੀ ਆਗੂ ਤੇ ਬਲਾਕ ਸਮਤੀ ਮੈਂਬਰ ਮਾਸਟਰ ਸੀਤਾਰਾਮ ਟਿੱਬਾ ਨੰਗਲ ਦਾ ਦੇਹਾਂਤ ਸੋ ਵੱਡੀ ਅਪਡੇਟ ਹੈ ਬੀਤੇ ਦਿਨੀ ਇੱਕ ਸੜਕ ਹਾਦਸੇ 'ਚ ਜਗੰਵੀ ਰੂਪ ਚ ਜ਼ਖਮੀ ਹੋ ਗਏ ਸਨ ਉਹਨਾਂ ਦਾ ਸੰਸਕਾਰ 10 ਵਜੇ ਟਿੱਬਾ ਨੰਗਲ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ ਲੰਗਰ ਦੇ ਦੌਰਾਨ ਵਾਪਰਿਆ ਵੱਡਾ ਹਾਦਸਾ ਸਬਜ਼ੀ ਵਾਲੇ ਪਤੀਲੇ 'ਚ ਡਿੱਗੀ ਬੱਚੀ ਹਾਲਤ ਨਾਜ਼ੁਕ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਕੁਲਾ 'ਚ ਇੱਕ 3 ਸਾਲ ਦੀ ਬੱਚੀ ਸਬਜ਼ੀ ਵਾਲੇ ਪਤੀਲੇ 'ਚ ਡਿੱਗੀ ਜਿਸ ਕਾਰਨ ਗੰਭੀਰ ਰੂਪ ਚ ਜ਼ਖਮੀ ਹੋ ਗਈ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪੀਟਲ ਦਾਖਲ ਕਰਵਾਇਆ ਗਿਆ ਜਿੱਥੇ ਹਾਲਤ ਨਾਜੁਕ ਬਣੀ ਹੋਈ ਹੈ ਪੀੜਤ ਪਰਿਵਾਰ ਨੇ ਦੱਸਿਆ ਕਿ ਮਾਤਾ ਰਾਣੀ ਦਾ ਲੰਗਰ ਲਾਇਆ ਗਿਆ ਸੀ ਲੰਗਰ ਦੌਰਾਨ 25 ਸਬਜੀ ਵਾਲੇ ਵੱਡੇ ਪਤੀਲੇ ਚੋਂ ਡੇਗੀ ਬੱਚੀ ਨੂੰ ਜ਼ਿਲ੍ਹਾ ਤਰਨਤਾਰਨ ਦੀ ਨੌਂਦੇ ਪਿੰਡ ਕੁਲਾਤੀ ਰਹਿਣ ਵਾਲੀ ਅਤੇ ਉਮਰ 3 ਸਾਲ ਦੇ ਕਰੀਬਾ ਪੁਕਟਨਾ ਵਾਪਰਦੇ ਹੀ ਪੀੜਤ ਪਰਿਵਾਰ ਬੱਚੀ ਨੂੰ ਲੈ ਕੇ ਸਰਕਾਰੀ ਹਸਪਤਾਲ ਪੱਟੀ ਲੈ ਕੇ ਗਿਆ ਜਿੱਥੋਂ ਡਾਕਟਰਾਂ ਨੇ ਉੱਥੇ ਰੈਫਰ ਕਰ ਦਿੱਤਾ ਕੱਲ ਤੋਂ 5 ਦਿਨ ਲਈ ਦੁਕਾਨਾਂ ਬੰਦ ਰਹਿਣਗੀਆਂ ਗਰਮੀ ਦੀਆਂ ਛੁੱਟੀਆਂ ਤਹਿਤ ਇਲਾਕੇ ਦੇ ਸਮੂਹ ਸਵਰਨਕਾਰਾਂ ਤੇ ਸਰਾਫਾ ਦੀਆਂ ਦੁਕਾਨਾਂ ਨੂੰ ਜੂਨ ਤੋਂ 24 ਜੂਨ ਤੱਕ 5 ਦਿਨਾਂ ਲਈ ਮੁਕੰਮਲ ਬੰਦ ਰਹਿਣਗੀਆਂ ਸੋ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ